ਲੋਹੇ ਦੇ ਗਾਡਰ ਦੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਇੱਕ ਪਿੱਛੋਂ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ, ਜਿਸ ਦੇ ਕਾਰਨ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਦਰਅਸਲ ਟੱਕਰ ਇੰਨੀ ਭਿਆਨਕ ਸੀ ਕਿ ਜਦੋਂ ਟਰੱਕ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ ਤਾਂ ਟਰੈਕਟਰ ਬੇਕਾਬੂ ਹੁੰਦਾ ਹੋਇਆ ਫਲਾਈਓਵਰ ਦੇ ਉੱਪਰ ਹੀ ਉਸਦੀ ਜੋ ਕੰਧ ਹੁੰਦੀ ਹੈ ਉਸਦੇ ਨਾਲ ਜਾ ਟਕਰਾਉਂਦਾ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਜੋ ਪਿੱਛੇ ਪਏ ਟਰਾਲੀ ਦੇ ਵਿੱਚ ਗਾਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿਰ ਦੇ ਵਿੱਚ ਲੱਗਦੇ ਨੇ, ਜਿਸ ਦੇ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਟਰਾਲੀ ਹੈ ਉਹ ਬਿਲਕੁਲ ਪੁਲ ਦੀ ਕੰਧ ਦੇ ਨਾਲ ਟਕਰਾਈ ਹੋਈ ਹੈ। ਗਨੀਮਤ ਰਹੀ ਹੈ ਕਿ ਇਹ ਪੁਲ ਤੋਂ ਹੇਠਾਂ ਨਹੀਂ ਡਿੱਗੀ, ਨਹੀਂ ਤਾਂ ਹੋਰ ਵੀ ਕਈ ਜਾਨਾਂ ਇਸ ਦੇ ਕਾਰਨ ਜਾ ਸਕਦੀਆਂ ਸੀ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਿੱਥੇ ਇਹ ਪੁਲ ਬਣਾਇਆ ਗਿਆ ਉਸਦੇ ਹੇਠਾਂ ਲਗਾਤਾਰ ਆਵਾਜਾਈ ਜੋ ਹੈ ਉਹ ਬਿਲਕੁਲ ਜਾਰੀ ਰਹਿੰਦੀ ਹੈ, ਤਾਂ ਅਜਿਹੇ ਦੇ ਵਿੱਚ ਜੇਕਰ ਇਹ ਪੁਲ ਤੋਂ ਹੇਠਾਂ ਡਿੱਗਦਾ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਫਲਾਈ ਓਵਰ ਦੇ ਉੱਪਰ ਇਹ ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦੂਜੇ ਪਾਸੇ ਜੋ ਟਰੱਕ ਹੈ ਉਸਦਾ ਵੀ ਵੱਡਾ ਨੁਕਸਾਨ ਹੋਇਆ, ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਦਾ ਚਾਲਕ ਟਰਾਲੀ ਦੇ ਵਿੱਚ ਲੋਹੇ ਦੇ ਗਾਡਰ ਰੱਖ ਕੇ ਲੈ ਕੇ ਜਾ ਰਿਹਾ ਸੀ, ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਸਦਾ ਟਰੈਕਟਰ ਟਰਾਲੀ ਬੇਕਾਬੂ ਹੋ ਜਾਂਦਾ ਅਤੇ ਬੇਕਾਬੂ ਹੁੰਦਾ ਹੋਇਆ ਸਿੱਧਾ ਹੀ ਜਾ ਕੇ ਫਲਾਈ ਓਵਰ ਦੀ ਜੋ ਕੰਧ ਹੈ ਉਸਦੇ ਨਾਲ ਟਕਰਾ ਜਾਂਦਾ ਅਤੇ ਜੋ ਪਿੱਛੇ ਗਾਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿੱਧਾ ਸਿਰ ਦੇ ਵਿੱਚ ਵੱਜਦੇ ਨੇ, ਜਿਸਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਕਿ ਫੋਕਲ ਪਿੰਡ ਚੌਂਕੀ ਦੀ ਐਮਰਜੈਂਸੀ ਕਾਲ ਆਈ ਸੀਗੀ ਵੀ ਐਕਸੀਡੈਂਟ ਹੋਇਆ, ਉੱਥੇ ਜਾ ਕੇ ਜਦੋਂ ਵੇਖਿਆ ਇੱਕ ਟਰੱਕ ਚਾਲਕ ਸੀਗੀ ਜਿਹਦੀ ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀਗਾ ਜਿਹਦੇ ਵਿੱਚ ਗਾਡਰ ਲੱਦੇ ਹੋਏ ਸੀਗੇ, ਜਦੋਂ ਪਿੱਛੋਂ ਟਰੱਕ ਵੱਜਿਆ ਜਾ ਕੇ ਅਤੇ ਉਹ ਆਪਣਾ ਸੰਤੋਂ ਪਵਾ ਬੈਠਾ, ਜਿਸ ਦੇ ਉੱਤੇ ਦੋ ਵੀਰ ਸਾਡੇ ਸਵਾਰ ਸੀਗੇ ਜਿਹੜੇ ਕਿ ਟਰੈਕਟਰ ਚਾਲਕ ਸੀ, ਇੱਕ ਨਾਲ ਉਹਦੇ ਵੀਰ ਹੋਰ ਸੀ, ਜਿਹੜਾ ਕਿ ਟਰੈਕਟਰ ਜਾ ਕੇ ਕੰਧ ਦੀ ਵਿੱਚ ਜਾ ਕੇ ਵੱਜਿਆ, ਜਿਹੜੀ ਪੁਲ ਦੀ ਨਾਲ ਹੁੰਦੀ ਆ, ਅਤੇ ਇੱਕ ਦੀ ਮੌਕੇ 'ਤੇ ਡੈਥ ਹੋ ਗਈ। ਜਿਹੜਾ ਕਿ ਦੂਸਰਾ ਸੀਗਾ ਵੀਰ ਉਹਨੂੰ ਉਹਦੀ ਨਾਜ਼ੁਕ ਹਾਲਤ ਵੇਖਦੇ ਹੋਏ ਸਿਵਲ ਹਸਪਤਾਲ ਤੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਵਾ, ਅਤੇ ਜਿਹੜੀ ਕਿ ਡੈਡ ਬੋਡੀ ਇੱਕ ਡੈਥ ਹੋ ਗਈ ਆ ਉਸ ਨੂੰ ਮੋਰਚਰੀ ਵਿੱਚ ਰੱਖਿਆ ਗਿਆ। ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਫੋਕਲ ਪਿੰਡ ਚੌਂਕੀ ਜਿਵੇਂ ਵੀ ਕਰੂਗੀ ਉਸ ਦੇ ਆਧਾਰ। ਲੋਹੇ ਦੇ ਗਾਡਰ ਦੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਇੱਕ ਪਿੱਛੋਂ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ, ਜਿਸ ਦੇ ਕਾਰਨ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦਰਅਸਲ ਟੱਕਰ ਇੰਨੀ ਭਿਆਨਕ ਸੀ ਕਿ ਜਦੋਂ ਟਰੱਕ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ ਤਾਂ ਟਰੈਕਟਰ ਬੇਕਾਬੂ ਹੁੰਦਾ ਹੋਇਆ ਫਲਾਈਓਵਰ ਦੇ ਉੱਪਰ ਹੀ ਉਸਦੀ ਜੋ ਕੰਧ ਹੁੰਦੀ ਹੈ ਉਸਦੇ ਨਾਲ ਜਾ ਟਕਰਾਉਂਦਾ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਜੋ ਪਿੱਛੇ ਪਏ ਟਰਾਲੀ ਦੇ ਵਿੱਚ ਗਾਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿਰ ਦੇ ਵਿੱਚ ਲੱਗਦੇ ਨੇ, ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਟਰਾਲੀ ਹੈ ਉਹ ਬਿਲਕੁਲ ਪੁਲ ਦੀ ਕੰਧ ਦੇ ਨਾਲ ਟਕਰਾਈ ਹੋਈ ਹੈ। ਗਨੀਮਤ ਰਹੀ ਹੈ ਕਿ ਇਹ ਪੁਲ ਤੋਂ ਹੇਠਾਂ ਨਹੀਂ ਡਿੱਗੀ, ਨਹੀਂ ਤਾਂ ਹੋਰ ਵੀ ਕਈ ਜਾਨਾਂ ਇਸ ਦੇ ਕਾਰਨ ਜਾ ਸਕਦੀਆਂ ਸੀ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਿੱਥੇ ਇਹ ਪੁਲ ਬਣਾਇਆ ਗਿਆ ਉਸਦੇ ਹੇਠਾਂ ਲਗਾਤਾਰ ਆਵਾਜਾਈ ਜੋ ਹੈ ਉਹ ਬਿਲਕੁਲ ਜਾਰੀ ਰਹਿੰਦੀ ਹੈ, ਤਾਂ ਅਜਿਹੇ ਦੇ ਵਿੱਚ ਜੇਕਰ ਇਹ ਪੁਲ ਤੋਂ ਹੇਠਾਂ ਡਿੱਗਦਾ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਫਲਾਈ ਓਵਰ ਦੇ ਉੱਪਰ ਇਹ ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦੂਜੇ ਪਾਸੇ ਜੋ ਟਰੱਕ ਹੈ ਉਸਦਾ ਵੀ ਵੱਡਾ ਨੁਕਸਾਨ ਹੋਇਆ, ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ
ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਦਾ ਚਾਲਕ ਟਰਾਲੀ ਦੇ ਵਿੱਚ ਲੋਹੇ ਦੇ ਗਾਡਰ ਰੱਖ ਕੇ ਲੈ ਕੇ ਜਾ ਰਿਹਾ ਸੀ, ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਸਦਾ ਟਰੈਕਟਰ ਟਰਾਲੀ ਬੇਕਾਬੂ ਹੋ ਜਾਂਦਾ ਅਤੇ ਬੇਕਾਬੂ ਹੁੰਦਾ ਹੋਇਆ ਸਿੱਧਾ ਹੀ ਜਾ ਕੇ ਫਲਾਈ ਓਵਰ ਦੀ ਜੋ ਕੰਧ ਹੈ ਉਸਦੇ ਨਾਲ ਟਕਰਾ ਜਾਂਦਾ ਅਤੇ ਜੋ ਪਿੱਛੇ ਗਾਰਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿੱਧਾ ਸਿਰ ਦੇ ਵਿੱਚ ਵੱਜਦੇ ਨੇ, ਜਿਸਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਕਿ ਫੋਕਲ ਪਿੰਡ ਚੌਂਕੀ ਦੀ ਐਮਰਜੈਂਸੀ ਕਾਲ ਆਈ ਸੀਗੀ ਵੀ ਐਕਸੀਡੈਂਟ ਹੋਇਆ। ਉੱਥੇ ਜਾ ਕੇ ਜਦੋਂ ਵੇਖਿਆ ਇੱਕ ਟਰੱਕ ਚਾਲਕ ਸੀਗੀ, ਜਿਹਦੀ ਤੇਜ਼ ਰਫ਼ਤਾਰ ਹੋਣ ਦੀ ਵਜ੍ਹਾ ਕਰਕੇ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀਗਾ ਜਿਹਦੇ ਵਿੱਚ ਗਾਡਰ ਲੱਦੇ ਹੋਏ ਸੀਗੇ। ਜਦੋਂ ਪਿੱਛੋਂ ਟਰੱਕ ਵੱਜਿਆ ਜਾ ਕੇ ਅਤੇ ਉਹ ਆਪਣਾ ਸੰਤੋਂ ਪਵਾ ਬੈਠਾ, ਜਿਸ ਦੇ ਉੱਤੇ ਦੋ ਵੀਰ ਸਾਡੇ ਸਵਾਰ ਸੀਗੇ, ਜਿਹੜੇ ਕਿ ਟਰੈਕਟਰ ਚਾਲਕ ਸੀ, ਇੱਕ ਨਾਲ ਉਹਦੇ ਵੀਰ ਹੋਰ ਸੀ, ਜਿਹੜਾ ਕਿ ਟਰੈਕਟਰ ਜਾ ਕੇ ਕੰਧ ਦੀ ਵਿੱਚ ਜਾ ਕੇ ਵੱਜਿਆ, ਜਿਹੜੀ ਪੁਲ ਦੀ ਨਾਲ ਹੁੰਦੀ ਆ, ਅਤੇ ਇੱਕ ਦੀ ਮੌਕੇ 'ਤੇ ਡੈਥ ਹੋ ਗਈ। ਜਿਹੜਾ ਕਿ ਦੂਸਰਾ ਸੀਗਾ ਵੀਰ ਉਹਨੂੰ ਉਹਦੀ ਨਾਜ਼ੁਕ ਹਾਲਤ ਵੇਖਦੇ ਹੋਏ ਸਿਵਲ ਹਸਪਤਾਲ ਤੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਵਾ, ਅਤੇ ਜਿਹੜੀ ਕਿ ਡੈਡ ਬੋਡੀ ਇੱਕ ਡੈਥ ਹੋ ਗਈ ਆ ਉਸਨੂੰ ਮੋਰਚਰੀ ਵਿੱਚ ਰੱਖਿਆ ਗਿਆ। ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਫੋਕਲ ਪਿੰਡ ਚੌਂਕੀ ਜਿਵੇਂ ਵੀ ਕਰੂਗੀ ਉਸਦੇ ਆਧਾਰ